ਆਪਣਾ ਹੁਣ ਆਲੂ ਬੁਖਾਰਾ ਬਾਜ਼ਾਰ 'ਚੋਂ ਲੈ ਕੇ ਤੁਸੀਂ ਪੀ ਦਿਓ, ਫੈਟੀ ਲੀਵਰ ਠੀਕ ਹੋ ਗਿਆ। ਪਰ ਲੋਕਾਂ ਨੇ ਇਹਨੂੰ ਵੀ ਉਲਟ ਪਾਸੇ ਲਿਜਾਣਾ, ਵੈਜੀ ਨੇ ਆਹ ਦਵਾਈ ਵੇਚਣੀ ਹੈ, ਜੇ ਵੇਚਣੀ ਇਸ ਕਰਕੇ ਜੇ ਤੁਸੀਂ ਨਹੀਂ ਹੋ ਪੀਣਾ ਤਾਂ ਫਿਰ ਆਹ ਤਾਂ ਪੀਣੀ ਪੈਣੀ ਹੈ। ਕੌਮ ਅਸੀਂ ਉਹ 'ਚ ਪੈਦਾ ਹੋਏ ਹਾਂ ਵੀ ਨਾਨਕ ਨਾਮ ਚੜ੍ਹਦੀ ਕਲਾ ਅਤੇ ਤੇਰੇ ਭਾਣੇ ਸਰਬੱਤ ਦਾ ਭਲਾ। ਜਿੱਥੇ ਸਰਬੱਤ ਦੇ ਭਲੇ ਦੀ ਗੱਲ ਹੋਊਗੀ ਉੱਥੇ ਅਸੀਂ ਬੱਚੇ ਜ਼ਰੂਰ ਪਾਲਣੇ ਆ, ਪਰ ਤੁਹਾਨੂੰ ਸਾਡੀ ਲੋੜ ਨਾ। ਹੁਣ ਆਲੂ ਬੁਖਾਰਾ ਬਾਜ਼ਾਰ 'ਚੋਂ ਲੈ ਕੇ ਤੁਸੀਂ ਪੀ ਦਿਓ, ਫੈਟੀ ਲੀਵਰ ਠੀਕ ਹੋ ਗਿਆ। ਪਰ ਲੋਕਾਂ ਨੇ ਇਹਨੂੰ ਵੀ ਉਲਟ ਪਾਸੇ ਲਿਜਾਣਾ, ਵੈਜੀ ਨੇ ਆਹ ਦਵਾਈ ਵੇਚਣੀ ਹੈ, ਜੇ ਵੇਚਣੀ ਇਸ ਕਰਕੇ ਜੇ ਤੁਸੀਂ ਨਹੀਂ ਹੋ ਪੀਣਾ ਤਾਂ ਫਿਰ ਆਹ ਤਾਂ ਪੀਣੀ ਪੈਣੀ ਹੈ। ਮਹਾਰਾਜਾ ਸ਼ਾਹੀ ਸ਼ਰਬਤ ਤੁਸੀਂ ਇਹਨੂੰ ਨਾਮ ਦਿੱਤਾ ਹੈ, ਅਤੇ ਫਿਰ ਜਿਹੜੇ ਲੋਕ ਫੈਟੀ ਲੀਵਰਾਂ ਦੀਆਂ ਦਵਾਈਆਂ ਖਾ ਰਹੇ ਨੇ ਜਾਂ ਫੈਟੀ ਲੀਵਰਾਂ ਦਾ ਕਿਸੇ ਹੋਰ ਪਾਸੇ ਤੋਂ ਟ੍ਰੀਟਮੈਂਟ ਕਰਾ ਰਹੇ ਨੇ, ਜਿਹੜਾ ਤੁਹਾਡਾ ਆਲੂ ਬੁਖਾਰਾ ਇਮਲੀ ਵਾਲਾ ਫਾਰਮੂਲਾ ਅਤੇ ਤੁਹਾਡਾ ਮਹਾਰਾਜਾ ਸ਼ਾਹੀ ਸ਼ਰਬਤ ਵਾਲਾ ਫਾਰਮੂਲਾ, ਉਹ ਮਰੀਜ਼ ਜਿਹੜੇ ਫੈਟੀ ਲੀਵਰ ਦੇ ਗੰਭੀਰ ਮਰੀਜ਼ ਨੇ ਉਹ ਯੂਜ਼ ਕਰ ਸਕਦੇ ਨੇ? ਬਿਲਕੁਲ ਜੀ, ਜਿੰਨਾ ਬੰਦਿਆਂ ਦਾ ਫੈਟੀ ਲੀਵਰ ਗ੍ਰੇਟ 1 ਆ, ਗ੍ਰੇਟ 2 ਹੈ, ਈਵਨ ਕਿ ਜਿਨ੍ਹਾਂ ਨੂੰ ਲੀਵਰ ਸੋਰਾਈਸਿਸ ਹੈ, ਅਲਸਰਾਈਟਸ, ਕੋਲਾਈਟਸ ਵੀ ਜਿਨ੍ਹਾਂ ਨੂੰ ਹੋ ਜਾਂਦਾ, ਸੰਗਰਹਿਣੀ ਜਿਹਨੂੰ ਅਸੀਂ ਕਹਿੰਦੇ ਹਾਂ, ਉਹਨਾਂ ਵਾਸਤੇ ਵੀ ਅਸੀਂ ਇਹ ਸ਼ਰਬਤ ਵਰਤਦੇ ਹਾਂ, ਇਹਦੇ ਨਾਲ ਦੁੱਧੀ ਪ੍ਰੋਡਕਟ ਕਰਦੇ ਹਾਂ, ਸੰਗਰਹਿਣੀ ਦੀਆਂ ਦਵਾਈਆਂ ਨਾਲ ਇਹਦੇ ਦਿੰਦੇ ਹਾਂ। ਲੇਕਿਨ ਜਦੋਂ ਪੇਟ ਦੀ ਗਰਮੀ ਘਟਣੀ ਹੈ ਤਾਂ 90%, ਤੁਸੀਂ ਯਕੀਨ ਕਰਿਓ ਕਿ 90% ਲੋਕਾਂ ਨੂੰ ਇਕੱਲਾ ਐਸਿਡ ਅੰਦਰ ਬਣਦਾ ਰਿਹਾ, ਤੇਜ਼ਾਬ ਬਣਦਾ ਰਿਹਾ, ਸਾੜ ਪੈਂਦਾ ਰਿਹਾ, ਅਤੇ ਉਹਨੇ ਅੰਟਸਟਾਈਨ ਦੇ ਵਿੱਚ ਕਿਤੇ ਨਾ ਕਿਤੇ ਜ਼ਖਮ ਕਰਤਾ, ਅੱਜ ਟੱਟੀ ਦੇ ਅੰਦਰ ਮਿਊਕਸ ਆ ਰਿਹਾ ਗਾ, ਜਾਲਾ ਆ ਰਿਹਾ ਗਾ। ਜੇਕਰ ਤੁਸੀਂ ਕਿਸੇ ਵੀ ਬਿਮਾਰੀ ਦਾ ਘਰੇਲੂ ਇਲਾਜ ਜਾਂ ਆਯੁਰਵੈਦਿਕ ਇਲਾਜ ਜਾਣਨਾ ਚਾਹੁੰਦੇ ਹੋ ਤਾਂ ਸਾਡੇ ਪੇਜ ਦੇ ਨਾਲ ਜੁੜੇ ਰਹੋ, ਇਹਨੂੰ ਫੋਲੋ ਕਰ ਲਓ, ਜਿੱਦਾਂ ਹੀ ਅਸੀਂ ਨਵੀਂ ਵੀਡੀਓ ਪਾਵਾਂਗੇ ਤੁਹਾਡੇ ਤੱਕ ਉਹ ਵੀਡੀਓ ਪਹੁੰਚਦੀ ਰਹੇਗੀ।